अस्सलामुअलैकुम की हाल है वीरो, ठीक हो तुसी? उम्मीद है तुसी ठीक ही होवोगे। यार मेरा दोस्त बड़े दिन बाद आया, लाहौर चला गया सी ते अज बारिश जी हुई है। देखो तुहानू पहले मेंढकां दी आवाज आ रही होनी, बोल रहे ने काफ़ी इन्हों अच्छा फील हो रहा है। कल बाबा जी रात की बारिश हुई है, रात की 1 बजे की लगी है, सवेर तक जरा ना मीह पैंदा रहा है। मौसम बड़े घैंट, देखो पिंडा का हर चीज़ है, धुप्पी धुप्पी जी नहीं नहीं लग रही है, देख सकते तुसी। असी अपने आप पिंड की सड़क से ना जुड़ रहे हैं, अपनी मोटरसाइकिल के नाल साड़ी जी सवारी है, देख सकते। ਅਜੇ ਭਾਵੇਂ ਜਾਣ ਵਾਲਾ ਮੁੰਡਾ ਹੀ ਕਹਿੰਦੇ ਨੇ ਸਾਫ ਤਾਂ ਨਹੀਂ ਹੈ, ਤੁਹਾਨੂੰ ਤੁਰ ਗਿਆ ਦੇਖ ਸਕਦੇ ਤੁਸੀਂ। ਅਤੇ ਵੀਰ ਜੀ ਤੁਹਾਨੂੰ ਮੈਂ ਇਹੀ ਸੁਜੈਸਟ ਕਰਾਂਗੇ, ਜਦੋਂ ਬਾਰਿਸ਼ ਵਗੈਰਾ ਹੁੰਦੀ ਹੈ ਨਾ, ਮੀਂਹ ਜਾਂ ਪੈਂਦਾ, ਅਤੇ ਤੁਸੀਂ ਲੋਕ ਪਿੰਡਾਂ ਨੂੰ ਜਿਹੜਾ ਨਾ ਰਜੂ ਕਰਿਆ ਕਰੋ। ਪਿੰਡਾਂ ਦੇ ਵਿੱਚ ਬੜੀ ਅੱਛੀ ਮਤਲਬ ਕਿ ਅੱਖਾਂ ਨੂੰ ਠੰਡਕ ਪਹੁੰਚਾਉਣ ਵਾਲੀ ਜਿਹੜੀ ਗ੍ਰੀਨਰੀ ਜੀ ਹੁੰਦੀ ਹੈ, ਅੱਖਾਂ ਵੀ ਬੰਦੇ ਦੀਆਂ ਠੀਕ ਰਹਿੰਦੀਆਂ ਨੇ, ਬਾਕੀ ਬੰਦੇ ਦੀ ਸਾਹ ਸੂਹ ਠੀਕ ਆਉਂਦਾ, ਬੰਦੇ ਨੂੰ ਬੰਦਾ ਫਰੈਸ਼ ਫਰੁਸ਼ ਰਹਿੰਦਾ, ਠੀਕ ਹੈ। ਬਾਕੀ ਮੁਹੰਮਦ ਅਮੀਨ ਬੜਾ ਹੀ ਅੱਛਾ ਲੱਗ ਰਿਹਾ ਯਾਰ, ਇੱਥੇ ਮਤਲਬ ਦੇਖਦੇ ਹਾਂ ਸ਼ਹਿਰਾਂ ਦੇ ਵਿੱਚ ਤਾਂ ਪਾਣੀ ਨਹੀਂ ਨਿਕਲਦਾ ਯਾਰ, ਪਹਿਲਾਂ ਤਾਂ ਗੋਟੇ ਗੋਟੇ ਗਲੀਆਂ 'ਚ ਪਾਣੀ ਖੜਾ ਹੁੰਦਾ, ਉਹ ਨਹੀਂ ਨਿਕਲਦਾ ਹੁੰਦਾ। ਅਸੀਂ ਵੀ ਪਿੰਡ ਨੂੰ ਲਾਈਕ ਕਰਦੇ ਹਾਂ, ਸਾਨੂੰ ਪਿੰਡ ਬਾਹਲਾ ਹੀ ਚੰਗਾ ਲੱਗਦਾ, ਅਤੇ ਤੁਸੀਂ ਵੀ ਸਾਡੇ ਪਿੰਡਾਂ 'ਚ ਆਇਆ ਕਰੋ, ਅਸੀਂ ਤੁਹਾਨੂੰ ਕੰਪਨੀ ਦਿਆ ਕਰਾਂਗੇ ਸਹੀ। ਅਤੇ ਹੁਣ ਅਸੀਂ ਜਾ ਰਹੇ ਹਾਂ ਜੀ ਆਪਣੇ ਸ਼ਹਿਰ ਵੱਲ ਨੂੰ ਜਾ ਰਹੇ ਹਾਂ, ਦੇਖੋ ਸੜਕ ਤੁਹਾਨੂੰ ਨਜ਼ਰ ਆ ਰਹੀ ਹੈ। ਇਹ ਮੇਰਾ ਭਰਾ ਜੀ, ਕੁਛ ਤੁਸੀਂ ਕਹਿਣਾ ਚਾਹੁੰਦੇ ਹੋ ਭਰਾ ਜੀ? ਬਸ ਜੀ ਇਸ ਬਾਈ ਨੂੰ ਲਾਈਕ ਕਰੋ, ਸ਼ੇਅਰ ਕਰੋ ਅਤੇ ਕਮੈਂਟ ਕਰੋ ਅਤੇ ਗਾਣਾ ਨਾ ਕੱਟੋ। ਵਿਆਨ ਟੀ ਵੀ ਜੀ, ਵਿਆਨ ਟੀ ਵੀ ਨੂੰ ਤੁਸੀਂ ਸਬਸਕ੍ਰਾਈਬ ਕਰਨਾ ਹੈ। ਵਿਆਨ ਟੀ ਵੀ ਦੇ ਨਾਲ ਸਾਡਾ ਚੈਨਲ ਹੈ, ਮੁਹੰਮਦ ਅਮੀਨ ਜਿਹੜੇ ਨੇ ਉਹਦੇ ਉਹ ਸਰਵਰਾਂ ਨੇ ਓਪਰੇਟ ਕਰ ਰਹੇ ਨੇ, ਤੁਸੀਂ ਉਹਨੂੰ ਜਿਹੜਾ ਨਾ ਲਾਈਕ ਅਤੇ ਫੋਲੋ ਕਰਨਾ। ਅਸੀਂ ਤੁਹਾਨੂੰ ਪਿੰਡ ਦੇ ਅਤੇ ਜਿਹੜੀਆਂ ਨਾ ਵਾਲੀਆਂ ਚੰਗੀਆਂ ਚੰਗੀਆਂ ਜਿਹੜੀਆਂ ਬਾਕੀ ਹੁਣ ਅਸੀਂ ਘਰ ਵੱਲ ਨੂੰ ਜਾ ਰਹੇ ਹਾਂ, ਜਾ ਕੇ ਸ਼ਹਿਰ ਦਾ ਮਾਹੌਲ ਤੁਹਾਨੂੰ ਦੱਸਦੇ ਹਾਂ, ਉੱਥੇ ਪਾਣੀ ਪਾਣੀ ਹੋਇਆ ਪਿਆ। ਮੁਹੰਮਦ ਅਮੀਨ ਆ ਵੀਡੀਓ ਮੈਂ ਤੁਹਾਨੂੰ ਡੈਡੀਕੇਟ ਕਰ ਰਿਹਾ ਯਾਰ, ਅੱਜ ਮੌਸਮ ਬਾਹਲਾ ਹੀ ਪਿਆਰਾ, ਬਾਹਲਾ ਹੀ ਘੈਂਟ ਮੌਸਮ ਯਾਰ, ਪਿੰਡ ਦਾ ਮਾਹੌਲ ਜਾ ਦੇਖ ਕੇ ਬੜਾ ਹੀ ਹਰ ਚੀਜ਼ ਧੋਪੀ ਧੋਪੀ ਲੱਗ ਰਹੀ ਹੈ। ਅਰੇ ਹੱਸਦੇ ਸਕੂਟਰ ਦੀ ਯਾਰ, ਆਹ ਬਾਹਲਾ ਹੀ ਘੈਂਟ ਜਿਹਾ ਮੌਸਮ ਯਾਰ। ਅਸੀਂ ਬਾਹਲਾ ਇੰਜੋਏ ਕਰ ਰਹੇ ਹਾਂ ਜੀ, ਅਸੀਂ ਦੋਵੇਂ ਭਾਈ ਸਵੇਰ ਦੇ ਅਸੀਂ ਦੇਖਣਾ ਹੈ। ਪਾਣੀ ਵਾਲੀ ਵੀਡੀਓ ਵੀ ਹੈਗੀ, ਅਸੀਂ ਪਾਣੀ 'ਚ ਵੀ ਲੰਘੇ ਸੀ, ਅਤੇ ਉਹ ਵੀ ਤੁਹਾਨੂੰ ਅਸੀਂ ਸ਼ੇਅਰ ਕਰਦੇ ਹਾਂ। ਅਤੇ ਬੜਾ ਹੀ ਅੱਛਾ ਸਾ ਦਿਨ ਗੁਜ਼ਰ ਰਿਹਾ ਯਾਰ ਭਾਈ, ਬੜਾ ਮੌਸਮ ਜਿਹੜਾ ਨਾ ਮੈਂਡਿੰਗਾਂ ਦੀ ਆਵਾਜ਼ ਤੁਹਾਨੂੰ ਆ ਰਹੀ ਹੋਣੀ ਆ, ਮੱਠੀ ਕਰ ਵੀ